ਔਰੰਗਜ਼ੇਬ ਨੇ ਦੇਖ ਲਿਆ ਕਿ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਕਿਲ੍ਹੇ ਦੇ ਅੰਦਰ ਹਨ ਤਦੋਂ ਤੱਕ ਉਹਨਾਂ ਨੂੰ ਜਿੱਤਣਾ ਕਠਿਨ ਹੈ। ਉਸਨੇ ਯੁੱਧ ਦੇ ਧੋਖੇ ਵਾਲੀ ਨੀਤੀ ਅਪਣਾਈ। ਉਸਨੇ ਗੁਰੂ ਜੀ ਨੂੰ ਕੁਰਾਨ ਦੀ ਕਸਮ ਖਾ ਕੇ ਇੱਕ ਚਿੱਠੀ ਲਿਖੀ, ਜੇ ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡ ਦੇਵੋ ਤਾਂ ਸ਼ਾਹੀ ਫੌਜ ਆਪ ਜੀ ਦਾ ਪਿੱਛਾ ਨਹੀਂ ਕਰੇਗੀ, ਆਪ ਦੇਸ਼ ਵਿੱਚ ਜਿੱਥੇ ਜਾਣਾ ਚਾਹੋ ਜਾ ਸਕਦੇ ਹੋ। ਜਾਫਰਨਾਮੇ ਵਿੱਚ ਗੁਰੂ ਜੀ ਲਿਖਦੇ ਹਨ, ਮੈਂ ਤੇਰੀਆਂ ਝੂਠੀਆਂ ਕਸਮਾਂ ਉੱਪਰ ਇਤਵਾਰ ਕਰਕੇ ਅਨੰਦਪੁਰ ਦਾ ਕਿਲ੍ਹਾ ਛੱਡ ਦਿੱਤਾ। ਅਨੰਦਪੁਰ ਦੇ ਕਿਲ੍ਹੇ ਤੋਂ ਪੈਰ ਬਾਹਰ ਰੱਖਣ ਦੀ ਦੇਰ ਸੀ ਕਿ ਸ਼ਾਹੀ ਫੌਜਾਂ ਨੇ ਸਿੱਖਾਂ ਉੱਪਰ ਧਾਵਾ ਬੋਲ ਦਿੱਤਾ। ਸਰਸਾ ਨਦੀ ਵਿੱਚ ਉਸ ਸਮੇਂ ਹੜ੍ਹ ਆਇਆ ਹੋਇਆ ਸੀ। ਸਿੱਖ ਨਦੀ ਪਾਰ ਕਰਦੇ ਹੋਏ ਰਾਤ ਦੇ ਅੰਧੇਰੇ ਵਿੱਚ ਇੱਕ ਦੂਜੇ ਤੋਂ ਵਿਛੜ ਗਏ। ਗੁਰੂ ਜੀ 40 ਸਿੱਖਾਂ ਅਤੇ 2 ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਦੀ ਗੜੀ ਵਿੱਚ ਸ਼ਾਮ ਨੂੰ ਪੁੱਜੇ। ਪਿੰਡ ਵਾਲਿਆਂ ਗੁਰੂ ਜੀ ਦੀ ਬਹੁਤ ਆਓ ਭਗਤ ਕੀਤੀ। ਸ਼ਾਹੀ ਫੌਜ ਗੁਰੂ ਜੀ ਦਾ ਪਿੱਛਾ ਕਰਦੀ ਆ ਰਹੀ ਸੀ, ਇਸ ਲਈ ਗੁਰੂ ਜੀ ਨੇ ਉਸ ਗੜੀ ਨੂੰ ਰਾਤੋ ਰਾਤ ਇੱਕ ਕਿਲ੍ਹੇ ਦੀ ਸ਼ਕਲ ਵਿੱਚ ਬਦਲ ਲਿਆ। ਸਿੱਖਾਂ ਨੂੰ ਹਰ ਪਾਸੇ ਪਹਿਰੇ ਉੱਪਰ ਬਿਠਾ ਦਿੱਤਾ ਅਤੇ ਆਪ ਕੋਠੇ ਦੀ ਛੱਤ ਉੱਪਰ ਬੈਠ ਗਏ। ਇੱਕ ਦਿਨ ਚੜ੍ਹਦੇ ਤੱਕ ਫੌਜ ਨੇ ਗੜੀ ਨੂੰ ਆ ਕੇ ਘੇਰਾ ਪਾ ਲਿਆ। ਜਿੱਥੇ ਤੱਕ ਨਿਗਾਹ ਜਾਂਦੀ ਸੀ ਕਾਲੇ ਕੱਪੜਿਆਂ ਵਾਲੀ ਫੌਜ ਹੀ ਨਜ਼ਰ ਪੈ ਰਹੀ ਸੀ। ਉਸਦੀ ਗਿਣਤੀ ਲੱਖਾਂ ਦੱਸੀ ਜਾਂਦੀ ਹੈ। ਜਰਨੈਲਾਂ ਦਾ ਅਨੁਮਾਨ ਸੀ ਕਿ ਗੜੀ ਅੰਦਰ ਬਹੁਤ ਛੋਟੇ ਸਿੱਖ ਹਨ। ਉਹਨਾਂ ਸਵੇਰੇ ਗੜੀ ਉੱਪਰ ਹੱਲਾ ਬੋਲ ਦਿੱਤਾ। ਜਵਾਬ ਵਿੱਚ ਗੜੀ ਅੰਦਰੋਂ ਤੀਰਾਂ ਦੀ ਬੁਛਾਰ ਆਈ ਤਾਂ ਇੱਥੇ ਜਿਵੇਂ ਗੜੀ ਵਿੱਚ ਹਜ਼ਾਰਾਂ ਹੀ ਸਿੱਖ ਹੋਣ। ਫੌਜ ਨੂੰ ਇੱਕ ਵਾਰੀ ਪਿੱਛੇ ਹਟਣਾ ਪਿਆ। ਤੀਰ ਖਤਮ ਹੋਣ ਉੱਪਰ ਸਿੱਖਾਂ ਦਾ ਇੱਕ ਜੱਥਾ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਦਾ, ਤਲਵਾਰਾਂ ਦੇ ਨੇਜਿਆਂ ਦੇ ਜੌਹਰ ਦਿਖਾਉਂਦਾ ਅਤੇ ਸ਼ਹੀਦੀਆਂ ਪ੍ਰਾਪਤ ਕਰ ਜਾਂਦਾ। ਸਿੱਖਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਦੇ ਦੇਖ ਕੇ 17 ਸਾਲਾਂ ਦੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਗੁਰੂ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਉਸ ਨੂੰ ਵੀ ਆਪਣੇ ਵੀਰਾਂ ਦੀ ਤਰ੍ਹਾਂ ਬਹਾਦਰੀ ਦੇ ਜੌਹਰ ਦਿਖਾਉਣ ਦਾ ਮੌਕਾ ਦਿੱਤਾ ਜਾਵੇ। ਉਸ ਦੀ ਬੇਨਤੀ ਪਰਵਾਰ ਕਰਕੇ ਗੁਰੂ ਜੀ ਨੇ ਆਪਣੇ ਹੱਥੀਂ ਰਣਭੂਮੀ ਵਿੱਚ ਤਿਆਰ ਜਾਣ ਲਈ ਤਿਆਰ ਕੀਤਾ। ਸਾਹਿਬਜ਼ਾਦਿਆਂ ਨੂੰ 5 ਸਿੰਘਾਂ ਦਾ ਜਥੇਦਾਰ ਥਾਪ ਕੇ ਗੜੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਫੌਜਾਂ ਦੇ ਸਿਪਾਹੀਆਂ ਜਦੋਂ ਜਥੇਦਾਰਾਂ ਨੂੰ ਦੇਖਿਆ ਤਾਂ ਉਹਨਾਂ ਉੱਪਰ ਟੁੱਟ ਪਏ। ਅੱਗੋਂ ਉਹਨਾਂ ਵੀ ਕਰਾਰੇ ਹੱਥ ਦਿਖਾਏ। ਇਸ ਤਰ੍ਹਾਂ ਨਜ਼ਾਰਾ ਗੁਰੂ ਜੀ ਦੀ ਗੜੀ ਉੱਪਰੋਂ ਦੇਖ ਕੇ ਇਹ ਸਿੰਘਾਂ ਦਾ ਜੱਥਾ ਵੀ ਲੱਖਾਂ ਦੀ ਫੌਜ ਵਿੱਚੋਂ ਸੈਂਕੜਿਆਂ ਨੂੰ ਸਦਾ ਦੀ ਨੀਂਦ ਸੁਲਾ ਕੇ ਸ਼ਹੀਦੀਆਂ ਪ੍ਰਾਪਤ ਕਰ ਗਿਆ। ਵੱਡੇ ਵੀਰ ਨੂੰ ਸ਼ਹੀਦ ਹੁੰਦਿਆਂ ਦੇਖ ਕੇ 15 ਸਾਲਾਂ ਦੇ ਸਾਹਿਬਜ਼ਾਦੇ ਜੁਝਾਰ ਸਿੰਘ ਦਾ ਉਤਸ਼ਾਹ ਹੋਰ ਵੱਧ ਗਿਆ। ਉਸਨੇ ਪਿਤਾ ਜੀ ਪਾਸ ਆ ਕੇ ਯੁੱਧ ਜਾਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਸ ਨੂੰ ਵੀ ਯੁੱਧ ਲਈ ਤਿਆਰ ਕੀਤਾ ਅਤੇ 5 ਸਿੰਘਾਂ ਦਾ ਜਥੇਦਾਰ ਥਾਪ ਕੇ ਗੜੀ ਦੇ ਕੋਠੇ ਉੱਪਰ ਚਲੇ ਗਏ। ਉਹਨਾਂ ਆਪਣੇ ਅੱਖੀਂ ਦੇਖਿਆ ਕਿਵੇਂ ਲੱਖਾਂ ਦਾ ਮੁਕਾਬਲਾ ਇੱਕ ਇੱਕ ਸਿੰਘ ਡਟ ਕੇ ਕਰ ਰਿਹਾ ਸੀ। ਕਿਸੇ ਦਾ ਪੈਰ ਪਿੱਛੇ ਨਹੀਂ ਹਟ ਰਿਹਾ ਸੀ। ਉਹਨਾਂ ਇਹ ਸਭ ਵੀ ਦੇਖਿਆ ਕਿ ਕਿਵੇਂ ਜੱਥੇ ਦੇ ਸਾਰੇ ਸਿੰਘ ਜ਼ੁਲਮ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋਏ ਨੇ। ਇਹ ਗੁਰੂ ਸਾਹਿਬ ਨੇ ਉੱਥੋਂ ਫਰਮਾਇਆ ਕਿ 125,000 ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਸਾਰੀ ਘਟਨਾ ਬਾਰੇ ਤੁਹਾਡਾ ਕੀ ਵਿਚਾਰ ਹੈ? ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜਾਂ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ।